ਦੇਖੋ ਕਿਸਾਨਾਂ ਨੂੰ ਬਿਜਲੀ ਪਾਣੀ ਫ੍ਰੀ ਦਿਓ, ਕੋਈ ਗੱਲ ਨਹੀਂ, ਮਗਰ ਜਿਹੜੇ ਬੰਦੇ ਕੋਲ 10-15 ਕਿੱਲੇ ਜ਼ਮੀਨ ਉਹ ਵਾਕਈ ਗਰੀਬ ਹੈ, ਉਹ ਕਿਸਾਨ ਹੈ, ਉਹਨੂੰ ਲੋੜ ਹੈ। ਕੱਲ੍ਹ ਤੁਹਾਨੂੰ ਮੈਂ ਦੱਸਾਂ ਵੀ ਬਾਈ ਚਾਂਸ ਨਾ ਇੱਕ ਮੇਰੇ ਦੋਸਤ ਨੇ ਨਾ ਪਾਤਾ ਵੀ ਪ੍ਰਭਾਕਰ ਵੈਕਸ ਮਿਊਜ਼ੀਅਮ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਸਟੈਚੂ ਬਣ ਗਿਆ। ਕੱਲ੍ਹ ਤੁਸੀਂ ਯਕੀਨ ਨਹੀਂ ਮੰਨੋਗੇ, 100 ਬੰਦਾ ਇੱਥੇ ਆਇਆ ਹੋਇਆ ਸੀ ਔਰ ਉਹ ਲੱਡੂ ਲੈ ਕੇ ਆਏ ਸੀ, ਆਪਣੇ ਕੋਲੋਂ ਢੋਲ ਲੈ ਕੇ ਆਏ ਸੀ, ਢੋਲ ਵਜਾਇਆ ਉਹਨਾਂ ਨੇ, ਲੱਡੂ ਵੰਡੇ, ਕਿਉਂਕਿ ਹੁਣ ਲੋਕ ਦੁਖੀ ਹੋ ਗਏ ਹੈ ਤੁਹਾਡੇ ਝੂਠੇ ਵਾਅਦਿਆਂ ਤੋਂ, ਲੋਕ ਦੁਖੀ ਹੋ ਗਏ ਝੂਠਿਆਂ ਨਾਅਰਿਆਂ ਤੋਂ, ਇਹ ਲੱਛੇਦਾਰ ਸਪੀਚਾਂ ਤੋਂ। ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਰੋ ਜਿੱਦਾਂ ਲਹਿਰ ਚੱਲੀ ਸੀਗੀ, ਜਿਸ ਪ੍ਰਕਾਰ ਅਰਵਿੰਦ ਕੇਜਰੀਵਾਲ ਦੇ ਕੰਮ ਦੇ ਚਲਦੇ ਉਹਨਾਂ ਨੂੰ ਦਿੱਲੀ ਦੁਬਾਰਾ ਤੀਜੀ ਵਾਰ ਜਿੱਤਣ ਹਾਸਿਲ ਹੋਈ ਆ, ਜਿਹਦੇ ਚਲਦੇ ਅੱਜ ਲੁਧਿਆਣਾ ਦੇ ਇੱਕ ਐਸੀ ਜਗ੍ਹਾ ਕਿ ਜਿਹਦੇ ਵਿੱਚ ਕੇਜਰੀਵਾਲ ਜੀ ਖਾਸ ਤੌਰ 'ਤੇ ਪਹੁੰਚੇ ਨੇ, ਕਹਿ ਲਓ ਖਾਸ ਤੌਰ 'ਤੇ ਹੈਗੇ ਨੇ, ਇੱਕ ਸਟੈਚੂ ਬਣਾਇਆ ਗਿਆ ਪ੍ਰਭਾਕਰ ਜੀ ਵੱਲੋਂ, ਪ੍ਰਭਾਕਰ ਜੀ ਨਾਲ ਵੀ ਗੱਲਬਾਤ ਕਰਾਂਗੇ, ਲੇਕਿਨ ਤੁਹਾਨੂੰ ਅਸੀਂ ਦਿਖਾ ਦਈਏ ਲੁਧਿਆਣਾ ਸ਼ਹਿਰ ਦੇ ਵਿੱਚ ਵੈਕਸ ਮਿਊਜ਼ੀਅਮ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਨੇ ਪਹੁੰਚ ਚੁੱਕੇ ਹੋਏ ਨੇ। ਤਸਵੀਰਾਂ ਤੁਹਾਡੇ ਸਾਹਮਣੇ ਕੇਜਰੀਵਾਲ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਤੋਂ, ਤਸਵੀਰਾਂ ਤੁਹਾਡੇ ਸਾਹਮਣੇ ਕੇਜਰੀਵਾਲ ਜੀ, ਪ੍ਰਭਾਕਰ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਪ੍ਰਭਾਕਰ ਜੀ ਨਾਲ। ਪ੍ਰਭਾਕਰ ਜੀ ਕੀ ਕੀ ਸੋਚ ਕੇ ਮਤਲਬ ਤੁਸੀਂ ਇਹ ਕੇਜਰੀਵਾਲ ਜੀ ਦਾ ਕ੍ਰੀਏਟ ਕੀਤਾ? ਇੱਦਾਂ ਕਿ ਮੈਂ ਇੱਕੋ ਗੱਲ ਮੈਨੂੰ ਯਾਦ ਆਉਂਦੀ ਹੈ ਕਿ ਕਾਮ ਕਰਨੇ ਤੇ ਹੋਤਾ ਹੈ, ਬਾਤੋਂ ਤੇ ਕੁਛ ਨਹੀਂ ਹੋਤਾ। ਕਾਮ ਕਰਨੇ ਤੇ ਹੋਤਾ ਹੈ, ਬਾਤੋਂ ਤੇ ਕੁਛ ਨਹੀਂ ਹੋਤਾ, ਜਨਤਾ ਵਿਕਾਸ ਮੰਗਤੀ ਹੈ, ਝੂਠੇ ਵਾਦੋਂ ਸੇ ਕੁਛ ਨਹੀਂ ਹੋਤਾ। ਆਜ ਤੱਕ ਪਹਿਲੇ ਕੀ ਬਾਤ ਛੋੜੀਏ, ਪਹਿਲੇ ਕਲਾ ਜੋ ਹਮਾਰੇ ਨੇਤਾ ਲੋਕ ਥੇ ਵੋ ਕਾਮ ਕਰਤੇ ਥੇ ਔਰ ਉਸਕੀ ਬਦੌਲਤ ਉਨਕੋ ਕਈ ਕਈ ਸਾਲ, ਜੈਸੇ ਪੰਡਿਤ ਜਵਾਹਰ ਲਾਲ ਨਹਿਰੂ 40 ਸਾਲ ਸੇ ਜ਼ਿਆਦਾ, 35 ਸਾਲ ਸੇ ਜ਼ਿਆਦਾ ਉਹਨਾਂ ਨੇ ਰਾਜ ਕੀਆ, ਤੋ ਐਸੇ ਲੌਂਗ ਟਰਮ ਜਿਨ ਲੋਕੋਂ ਨੇ ਕਾਮ ਕੀਆ ਹੈ ਤੋ ਉਨਕੇ ਕਾਮ ਕੇ ਬਲ ਪਰ ਹੀ ਉਨਕੋ ਲੋਕੋਂ ਨੇ ਵੋਟੇ ਦੀ ਹੈ। ਵੇਅਰ ਐਜ਼ ਆਜ ਕੱਲ ਕੋਈ ਟਰੈਂਡ ਬਣ ਗਿਆ ਹੈ, ਹਰ ਨੇਤਾ ਆ ਜਾਂਦਾ ਹੈ, ਵੋ ਆ ਕੇ ਬਾਤੇ ਕਰਨੇ ਕੇ ਬਾਅਦ ਲੋਕੋਂ ਕੋ ਬੇਵਕੂਫ ਬਣਾਕਰ ਨੇਤਾਗਿਰੀ ਕਰਨੀ ਸ਼ੁਰੂ ਕਰ ਦਿੱਤੇ, ਮਗਰ ਰਿਜ਼ਲਟ ਜੋ ਹੈ ਉਹ ਜ਼ੀਰੋ ਹੈ। ਨਹੀਂ, ਜਿੱਦਾਂ ਅਸੀਂ ਤੁਹਾਡੇ ਵੈਕਸ ਮਿਊਜ਼ੀਅਮ ਦਾ ਇੱਕ ਵਾਰੀ ਪਹਿਲੇ ਵੀ ਦੌਰਾ ਕੀਤਾ ਸੀਗਾ, ਸਾਰੇ ਲੀਡਰ ਸੀਗੇ, ਲੇਕਿਨ ਇੱਕ ਲੀਡਰ ਨੂੰ ਛੱਡ ਕੇ ਕਰਲਾ ਕੇਜਰੀਵਾਲ ਜੀ ਨੂੰ, ਲੇਕਿਨ ਕੇਜਰੀਵਾਲ ਦਿੱਲੀ ਜਿੱਤ ਤੋਂ ਬਾਅਦ ਸੁਣਨ ਨੂੰ ਆਇਆ ਸੀਗਾ ਵੈਕਸ ਮਿਊਜ਼ੀਅਮ ਪ੍ਰਭਾਕਰ ਜੀ ਨੇ ਕੇਜਰੀਵਾਲ ਜੀ ਨੂੰ ਕ੍ਰੀਏਟ ਕਰ ਦਿੱਤਾ ਗਿਆ, ਉਹ ਵੀ ਦੇਖਣ ਸਿਆ ਸੀਗਾ ਕਿ ਦਿੱਲੀ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜਾ ਕੇਜਰੀਵਾਲ ਦਾ? ਹਾਂ, ਇਹ ਨਾ ਇੱਕ ਸਟੈਚੂ ਬਣਾਉਣ ਨੂੰ 5-6 ਮਹੀਨੇ ਲੱਗਦੇ। ਮੈਂ ਬੜੀ ਦੇਰ ਦਾ ਪਲੈਨਿੰਗ ਕਰ ਰਿਹਾ ਸੀ, ਜਦੋਂ ਕੋਈ ਕਲਾਕਾਰ ਜਾਂ ਕੋਈ ਵਰਕਰ ਜਾਂ ਕੋਈ ਲੀਡਰ, ਕੋਈ ਨੇਤਾ, ਕੋਈ ਦੇਸ਼ ਭਗਤ ਮੇਰੇ ਮਨ ਨੂੰ ਚੰਗਾ ਲੱਗਣ ਲੱਗ ਪੈਂਦਾ ਨਾ, ਫਿਰ ਉਹ ਮੇਰਾ ਬਣਾਉਣ ਨੂੰ ਚਿੱਤ ਕਰਦਾ, ਕਿਉਂਕਿ ਇਹ ਕੋਈ ਸਸਤਾ ਨਹੀਂ ਬਣਦਾ, ਕਾਫੀ ਵੱਡਾ ਪ੍ਰੋਜੈਕਟ ਹੈ, 5-5, 6-6 ਮਹੀਨੇ ਲੱਗ ਜਾਂਦੇ ਮੈਨੂੰ ਬਣਾਉਣ ਨੂੰ। ਅਤੇ ਮੈਂ ਬੜੀ ਦੇਰ ਦਾ ਸ਼ੁਰੂ ਕੀਤਾ, ਜਦੋਂ ਦਾ ਮੈਂ ਇਹਨਾਂ ਦੀਆਂ ਤਾਰੀਫਾਂ ਸੁਣਦਾ, ਦਿੱਲੀ ਜਾਣਾ, ਲੋਕਾਂ ਕੋਲੋਂ ਸੁਣਨਾ ਵੀ ਇੱਥੇ ਆਹ ਕਰਤਾ, ਇੱਦਾਂ ਕਰਤਾ, ਇੱਦਾਂ ਕਰਤਾ, ਨੈਚੁਰਲੀ ਮਨ ਨੂੰ ਥੋੜ੍ਹਾ ਖੁਸ਼ੀ ਹੁੰਦੀ ਹੈ ਵੀ ਸਾਡੇ ਮੁਲਕ ਬਾਰੇ ਕੋਈ ਸੋਚ ਰਿਹਾ। ਅਤੇ ਜਦੋਂ ਇਹ ਦੇਖਿਆ ਵੀ ਇਹਨਾਂ ਨੇ ਇੰਨਾ ਅੱਛਾ ਲੋਕਾਂ ਨੂੰ ਰਿਸਪੋਂਸ ਦਿੱਤਾ ਔਰ ਲੋਕਾਂ ਨੇ ਵੀ ਇਹਨਾਂ ਨੂੰ ਜਿਹੜਾ ਤੀਸਰੀ ਵਾਰ ਜਿਤਾਇਆ, ਇਟਸ ਨੋਟ ਏ ਸਮਾਲ ਥਿੰਗ, ਵੀ ਇਹ ਤੀਜੀ ਵਾਰ ਇਹ ਬੰਦੇ, ਹੀ ਵਾਜ਼ ਨੋਟ ਬੇਸਿਕਲੀ ਏ ਪੋਲੀਟੀਸ਼ੀਅਨ, ਹੀ ਵਾਜ਼ ਏ ਸੋਸ਼ਲ ਵਰਕਰ ਓਨਲੀ, ਜਿੱਦਾਂ ਮੈਨੂੰ ਪਤਾ ਅੰਨਾ ਹਜ਼ਾਰੇ ਸਾਹਿਬ ਨਾਲ ਵੀ ਇਹਨਾਂ ਨੇ ਮਿਹਨਤ ਕੀਤੀ, ਬੜਾ ਕੁਛ ਕੀਤਾ ਔਰ ਇਹਨਾਂ ਦੀ ਲੜਾਈ ਹਮੇਸ਼ਾ ਕਾਂਗਰਸ ਨਾਲ ਲੜਾਈ ਰਹੀ ਹੈ, ਭਾਰਤੀ ਜਨਤਾ ਪਾਰਟੀ ਨਾਲ ਰਹੀ। ਸੋ ਵਟਸ ਐਵਰ ਇਟ ਵਾਜ਼, ਆਈ ਐਮ ਨੋਟ ਦੈਟ ਮੇ ਦੈਟ ਮੱਚ ਯੂ ਨੋ ਇਨਵੋਲਵਡ ਇਨ ਪੋਲੀਟਿਕਸ, ਮਗਰ ਮੇਰੇ ਮਨ ਨੂੰ ਇਹ ਹੈ ਕਿ ਮੈਂ ਕਲਾਕਾਰ ਹੈਗਾ, ਮੈਂ ਆਈ ਵਾਂਟ ਟੂ ਕਨਵੇ ਮੈਸੇਜ ਟੂ ਦੀ ਪਬਲਿਕ। ਆਪਣੇ ਨੇਤਾਵਾਂ ਨੂੰ ਵੀ ਇਸ ਬਹਾਨੇ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਵੀ ਦੇਖੋ, ਜੇ ਤੁਸੀਂ ਮੁੜ ਕੇ ਆਪਣੀ ਸੀਟ ਬਚਾਉਣੀ ਚਾਹੁੰਦੇ ਹੋ, ਆਪਣੀ ਕੁਰਸੀ ਬਚਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਕੰਮ ਕਰਨਾ ਪਊਗਾ। ਔਰ ਇੱਕ ਤੁਹਾਡੇ ਸਾਹਮਣੇ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਕੇਜਰੀਵਾਲ ਜੀ, ਜਿਹਨਾਂ ਨੇ ਇੰਨਾ ਕੰਮ ਕੀਤਾ ਕਿ ਇੰਨੀ ਭਾਰੀ ਜਿੱਤ, ਦੇਖੋ ਇਹਨਾਂ ਦੇ ਅਗੇਂਸਟ ਮੋਦੀ ਸਾਹਿਬ ਵਰਗੇ, ਮੋਦੀ ਸਾਹਿਬ ਇਕੱਲੇ ਮੋਦੀ ਸਾਹਿਬ ਨੇ, ਮੋਦੀ ਸਾਹਿਬ ਦੀ ਪੂਰੀ ਟੀਮ ਦਾ ਇੱਕ ਬਹੁਤ ਵੱਡਾ, ਯਾਨੀ ਜਿਹਨੂੰ ਕਹਿ ਸਕਦੇ ਆ ਬਹੁਤ ਵੱਡਾ ਉਹ ਸੀਗਾ, ਪੂਰਾ ਮੈਂ ਹੈ ਪੂਰੀ ਤਾਕਤ ਲੱਗੀ ਹੋਈ ਸੀਗੀ, ਹਰ ਇੱਕ ਹਰ ਸਟੇਟ ਦਾ CM ਉੱਥੇ ਆਇਆ ਸੀ, ਮੋਦੀ ਸਾਹਿਬ, ਅਮਿਤ ਸ਼ਾਹ ਸਾਰੇ ਕਿਉਂ ਪਿੱਛੇ ਰਹਿ ਗਏ, ਉਹਦਾ ਕੀ ਕਾਰਨ ਸੀ? ਕਿਉਂਕਿ ਦਿੱਲੀ ਦੀ ਜਨਤਾ ਨੇ ਦੇਖਿਆ ਕਿ ਇਹ ਬੰਦਾ ਹੈਗਾ ਜਿਹਨੇ ਗਰੀਬਾਂ ਬਾਰੇ ਸੋਚਿਆ, ਇਹ ਬੰਦਾ ਹੈਗਾ ਜਿਹਨੇ ਅੱਜ ਜਿਹੜੀ ਹੁਣ ਦੇਖੋ ਬਿਜਲੀ ਪਾਣੀ ਦੀ ਗੱਲ ਹੈ, ਬਿਜਲੀ ਪਾਣੀ ਫ੍ਰੀ ਕੀਤਾ ਸਾਡੇ ਪੰਜਾਬ ਦੇ ਵਿੱਚ, ਬਿਜਲੀ ਪਾਣੀ ਫ੍ਰੀ ਕੀਤਾ। ਦੇਖੋ ਕਿਸਾਨਾਂ ਨੂੰ ਬਿਜਲੀ ਪਾਣੀ ਫ੍ਰੀ ਦਿਓ, ਕੋਈ ਗੱਲ ਨਹੀਂ, ਮਗਰ ਜਿਹੜੇ ਬੰਦੇ ਕੋਲ 10-15 ਕਿੱਲੇ ਜ਼ਮੀਨ ਉਹ ਵਾਕਈ ਗਰੀਬ ਹੈ, ਉਹ ਕਿਸਾਨ ਹੈ, ਉਹਨੂੰ ਲੋੜ ਹੈ। ਜਿਸ ਬੰਦੇ ਦੀ 100-200 ਏਕੜ ਜ਼ਮੀਨ ਹੈ, ਤੁਸੀਂ ਉਹਨੂੰ ਫ੍ਰੀ ਬਿਜਲੀ ਦੇ ਜਾਂਦੇ ਹੋ, ਹੈਂ ਉਹ ਵਾਈ ਯੂ ਆਰ ਗਿਵਿੰਗ ਦਿਸ ਆਰ ਆਫ ਫੈਸਿਲਿਟੀ ਟੂ ਦੈਮ। ਉਹ ਜਿਹੜਾ ਬੰਦਾ ਇੱਥੇ ਰਿਕਸ਼ਾ ਚਲਾ ਰਿਹਾ, ਲੁਧਿਆਣੇ ਦੇ ਵਿੱਚ ਰਿਕਸ਼ਾ ਚਲਾ ਕੇ ਰੋਟੀ ਖਾ ਰਿਹਾ, ਉਹ ਅਮੀਰ ਹੈ?
ਉਹ 10 ਰੁਪਏ ਯੂਨਿਟ ਬਿਜਲੀ ਦੇ ਪੈਸੇ ਖਰਚ ਰਿਹਾ, ਹੀ ਇਜ਼ ਅਨਏਬਲ ਟੂ ਯੂਜ਼ ਦ ਇਲੈਕਟ੍ਰੀਸਿਟੀ, ਦ ਰੀਜ਼ਨ ਬੀਂਗ ਉਹਨੂੰ ਬਿਜਲੀ ਜਿਹੜੀ ਆ ਇੰਨੀ ਮਹਿੰਗੀ ਅਫੋਰਡ ਨਹੀਂ ਕਰ ਸਕਦਾ। ਤੁਸੀਂ 100 ਏਕੜ 150 ਏਕੜ ਦੇ ਵਾਲੇ ਨੂੰ ਤੁਸੀਂ ਬਿਜਲੀ ਦੇ ਜਾ ਰਹੇ ਹੋ, ਔਰ ਜਿਹੜਾ ਬੰਦਾ ਗਰੀਬ ਹੈ ਉਹ ਵਿਚਾਰਾ 10 ਰੁਪਏ ਯੂਨਿਟ ਦੇ ਵਿੱਚ ਕੰਮ ਕਰ ਰਿਹਾ, ਵਾਟ ਇਜ਼ ਦ ਸੋਲ? ਇਹ ਸਾਰੀਆਂ ਚੀਜ਼ਾਂ ਸੋਚਣ ਦੀ ਲੋੜ ਹੈ। ਦੇਖੋ ਹਾਂ ਬਕਰ ਜੀ, ਮੈਂ ਗੱਲ ਕਰਾਂ ਤਾਂ ਕੋਈ ਵੀ ਹਜੇ ਤੱਕ ਗੱਲ ਕਰੋ, ਚਾਹੇ ਲੁਧਿਆਣਾ ਸ਼ਹਿਰ ਦਾ ਕੋਈ ਵੀ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਵਰਕਰ ਜਾਂ MLA ਆਮ ਆਦਮੀ ਪਾਰਟੀ ਦਾ ਇੱਥੇ ਆ ਕੇ ਉਹਨਾਂ ਨੇ ਆਪਣੇ CM ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਕੀਤੀ, ਹਜੇ ਤੱਕ ਆਇਆ ਕੋਈ ਵੀ ਇੱਥੇ ਕੇਜਰੀਵਾਲ ਸਾਹਿਬ ਦਾ? ਕੱਲ੍ਹ ਤੁਹਾਨੂੰ ਮੈਂ ਦੱਸਾਂ ਵੀ ਬਾਈ ਚਾਂਸ ਨਾ ਇੱਕ ਮੇਰੇ ਦੋਸਤ ਨੇ ਨਾ ਪਾਤਾ ਵੀ ਪ੍ਰਭਾਕਰ ਵੈਕਸ ਮਿਊਜ਼ੀਅਮ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਸਟੈਚੂ ਬਣ ਗਿਆ। ਕੱਲ੍ਹ ਤੋਂ ਯਕੀਨ ਨਹੀਂ ਮੰਨੋਗੇ 100 ਬੰਦਾ ਇੱਥੇ ਆਇਆ ਹੋਇਆ ਸੀ, ਔਰ ਮੈਂ ਆਈ ਹੈਵ ਨੈਵਰ ਐਕਸਪੈਕਟਿਡ ਕਿ ਵੀ 100 ਬੰਦਾ ਐਟ ਏ ਟਾਈਮ ਇੱਥੇ ਪਹੁੰਚ ਜਾਊਗਾ, ਔਰ ਮੇਰੇ ਅੰਦਰ ਜਗ੍ਹਾ ਵੀ ਨਹੀਂ ਸੀਗੀ, ਔਰ ਉਹ ਲੱਡੂ ਲੈ ਕੇ ਆਏ ਸੀ ਆਪਣੇ ਕੋਲੋਂ, ਢੋਲ ਲੈ ਕੇ ਆਏ ਸੀ, ਢੋਲ ਵਜਾਇਆ ਉਹਨਾਂ ਨੇ, ਲੱਡੂ ਵੰਡੇ, ਤਾਂ ਅੱਜ ਸਾਰੇ ਚੈਨਲ ਦੇ ਉੱਤੇ ਉਹ ਖਬਰ ਜਿਹੜੀ ਹੈ ਟੈਲੀਕਾਸਟ ਕੀਤੀ ਗਈ, ਜਿੰਨੇ ਵੀ ਨੈਸ਼ਨਲ ਇੰਟਰਨੈਸ਼ਨਲ ਚੈਨਲ ਹੈਗੇ ਆ ਆਪਣੇ ਸਾਰਿਆਂ ਦੇ ਉੱਤੇ ਉਹ ਟੈਲੀਕਾਸਟ ਹੋਈ ਹੈ ਖਬਰ, ਤੁਸੀਂ ਵੀ ਸ਼ਾਇਦ ਦੇਖੀ ਹੋਵੇ। ਸੋ ਇਸੇ ਕਰਕੇ ਆਏ ਲੋਕ ਵੀ ਉਹਨਾਂ ਨੂੰ ਆਪਣੇ ਲੀਡਰ ਦੇ ਨਾਲ, ਹਾਲਾਂਕਿ ਅਸੀਂ ਲੋਕਾਂ ਨੂੰ ਬਾਅਦ 'ਚ ਹੱਥ ਜੋੜੇ ਰਿਕੁਐਸਟ ਕੀਤੀ ਵੀ ਹੁਣ ਸਾਡੇ ਕੋਲ ਅੰਦਰ ਜਗ੍ਹਾ ਨਹੀਂ ਹੈਗੀ, ਪਲੀਜ਼ ਤੁਸੀਂ ਨਾ ਸੈਕਿੰਡ ਸ਼ਿਫਟ ਦੇ ਵਿੱਚ ਆ ਕੇ ਦੇਖ ਲਈਓ, ਫੋਟੋਆਂ ਖਿੱਚ ਲਈਓ। ਨਹੀਂ ਕੋਈ ਵਰਕਰ ਜਾਂ ਕੋਈ ਵਿਧਾਇਕ ਆਇਆ ਆਮ ਆਦਮੀ ਪਾਰਟੀ ਦਾ? ਹਾਂ ਵਰਕਰ ਹੀ ਸੀ ਸਾਰੇ, ਆਲ ਵਰਕਰ, ਆਲ ਵਿਧਾਇਕ, ਜਿੰਨੇ ਵੀ ਇੱਥੇ ਦੇ ਮਤਲਬ ਨੇੜੇ ਤੇੜੇ ਦੇ ਬੰਦੇ ਸੀਗੇ। ਆਈ ਐਕਚੁਅਲੀ ਮੇਰਾ ਕੋਈ ਪੋਲੀਟੀਸ਼ੀਅਨ ਨਾਲ ਬਹੁਤਾ ਲੰਬਾ ਚੌੜਾ ਹੈ ਨਹੀਂ ਹਿਸਾਬ ਕਿਤਾਬ, ਨਾ ਮੈਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨਾਲ ਮੇਰਾ ਬਹੁਤ ਹੈਗਾ, ਨਾ ਆਪਣਾ ਇਹਨਾਂ ਦੇ ਕਿਸੇ ਵਰਕਰ ਨਾਲ ਹੈਗਾ ਜਾਂ BSP ਨਾਲ। ਮੈਂ ਤਾਂ ਆਰਟਿਸਟ ਹੈ, ਆਪਣਾ ਟਾਈਮ ਪਾਸ ਕਰਨ ਲਈ ਆਪਣੀ ਜ਼ਿੰਦਗੀ ਦੇ ਵਿੱਚ ਸੋਚਦਾ ਵੀ ਜਿੰਨਾ ਕੁ ਮੇਰੇ ਕੋਲ ਕੁਛ ਚੱਜ ਦਾ ਕੰਮ ਹੋ ਜਾਏ ਜਾਂ ਖਰਾ ਕੰਮ ਹੋ ਜਾਏ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਆਈ ਐਮ ਨੋਟ ਐਨ ਆਰਟਿਸਟ, ਮੈਂ ਅੱਜ ਜੋ ਕੁਝ ਬਣਾ ਰਿਹਾ ਇਹ ਮੇਰੇ ਤੋਂ ਬੜੀ ਦੂਰ ਦੀਆਂ ਗੱਲਾਂ ਹੈਗੀਆਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇੰਨਾ ਆਸਾਨ ਨਹੀਂ, ਇੰਨੇ ਪੋਸੀਬਲ ਨਹੀਂ ਹੈਗੀ। ਲੋਕ ਵੈਸੇ ਮੇਰੇ ਮੈਨੂੰ ਟ੍ਰੋਲ ਵੀ ਕਰਦੇ ਰਹਿੰਦੇ ਆ ਵੀ ਇਹ ਬੁੜੇ ਨੂੰ ਪਤਾ ਨਹੀਂ ਕੀ ਹੋਇਆ ਕਮਲਾ, ਵੀ ਆਹ ਬਣਾਉਂਦਾ ਕੇਜਰੀਵਾਲ ਬਣਾਈ ਜਾਂਦਾ, ਕਦੀ ਕੁਝ ਬਣਾਈ ਜਾਂਦਾ, ਕੋਈ ਬਣਾਈ ਜਾਂਦਾ, ਬਟ ਦੇ ਡੋਂਟ ਨੋ। ਮੈਂ ਹਾਰਟ ਪੇਸ਼ੈਂਟ ਹਾਂ, ਮੇਰੀ ਬਾਈਪਾਸ ਸਰਜਰੀ ਹੋਈ ਹੈ, ਇਹ ਸਿਰਫ ਮੈਂ ਟਾਈਮ ਪਾਸ ਕਰਨ ਲਈ ਆਪਣਾ ਜੁਗਾੜ ਬਣਾਇਆ ਸੀ, ਮਗਰ ਮੀਡੀਆ ਨੇ, ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਉਹ ਪਿਆਰ ਦੀ ਬਦੌਲਤ ਅੱਜ ਮੈਂ ਵੈਕਸ ਮਿਊਜ਼ੀਅਮ ਬਣਾ ਦਿੱਤਾ। ਵੈਕਸ ਮਿਊਜ਼ੀਅਮ 'ਚ ਲੋਕ ਆਉਂਦੇ ਦੇਖਦੇ ਬੜੇ ਖੁਸ਼ ਹੁੰਦੇ, ਔਰ ਮੈਂ ਹਮੇਸ਼ਾ ਮੀਡੀਆ ਦਾ ਰਿਣੀ ਰਹਿੰਦਾ, ਕਿਉਂ ਮੀਡੀਆ ਦੀ ਬਦੌਲਤ ਅੱਜ ਮੈਂ, ਮੈਨੂੰ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਡਾਕਟਰਾਂ ਨੇ ਕਿਹਾ ਵੀ 10 ਸਾਲ ਤੁਸੀਂ ਪ੍ਰਭਾਕਰ ਸਾਹਿਬ ਵੋਟ ਜਿੱਤ ਸਕਦੇ ਹੋ, ਪਰ ਇਹ ਮੀਡੀਆ ਦੀ ਹੱਲਾਸ਼ੇਰੀ, ਇਹ ਵੈਕਸ ਮਿਊਜ਼ੀਅਮ ਦੀ ਬਦੌਲਤ ਅੱਜ ਮੈਂ 20 ਸਾਲ ਹੋਰ ਜੀ ਗਿਆ, ਅਜੇ ਪਤਾ ਨਹੀਂ ਹੋਰ ਕਿੰਨਾ ਤੁਹਾਡੀ ਸ਼ਾਬਾਸ਼ ਦੇ ਨਾਲ ਮੈਂ ਤੁਰੀ ਜਾਣਾ ਤੁਰੀ ਜਾਣਾ। ਜਿਹੜੇ ਲੋਕ ਮੈਨੂੰ ਟ੍ਰੋਲ ਕਰਦੇ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਅੱਜ ਤੁਹਾਡੇ ਮਾਧਿਅਮ ਦੇ ਨਾਲ, ਵੀ ਟ੍ਰੋਲ ਕਰਨ ਤੋਂ ਪਹਿਲਾਂ ਆਪਣਾ ਸਟੈਂਡਰਡ ਆਫ ਟ੍ਰੋਲ ਥੋੜ੍ਹਾ ਜਿਹਾ ਠੀਕ ਕਰ ਲਓ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਟ੍ਰੋਲ ਕਰਨ ਲੱਗੇ ਬੰਦੇ ਨੂੰ, ਇਹ ਸੋਚੋ ਵੀ ਤੁਹਾਡੀ ਉਮਰ ਦੇ ਵਿੱਚ ਕਿੰਨਾ ਵੱਡਾ ਹੈ ਕਿੰਨਾ ਛੋਟਾ ਹੈ। ਟ੍ਰੋਲ ਕਰਨ ਲੱਗੇ ਕੋਈ ਅੱਛੀਆਂ ਗੱਲਾਂ, ਅੱਛੇ ਮੈਸੇਜ ਦਿਓ, ਜਿਹਦੇ ਨਾਲ ਮੈਨੂੰ ਕੋਈ ਪਤਾ ਲੱਗੇ ਵੀ ਮੇਰੀਆਂ ਕੋਈ ਕਮੀਆਂ ਜਾਂ ਗਲਤੀਆਂ ਮੈਂ ਠੀਕ ਕਰਾਂ। ਟ੍ਰੋਲ ਕਰਨ ਦਾ ਮਤਲਬ ਇਹ ਨਹੀਂ ਐਵੇਂ ਹਵਾ ਹਵਾ 'ਚ ਉੱਡੀ ਜਾਓ ਗੰਦੀਆਂ ਗਾਲਾਂ ਕੱਢੀਓ ਲੋਕਾਂ ਨੂੰ, ਦਿਸ ਇਜ਼ ਨੋਟ ਏ ਟ੍ਰੋਲਿੰਗ। ਉਹਦੇ ਵਿੱਚ ਤਾਂ ਤੁਹਾਡਾ ਆਪਣਾ ਕਰੈਕਟਰ ਜਿਹੜਾ ਨੰਗਾ ਹੋ ਕੇ ਆਉਂਦਾ ਵੀ ਤੁਸੀਂ, ਤੁਹਾਡੀ ਸੋਚ ਕਿੰਨੀ ਛੋਟੀ ਹੈ। ਪ੍ਰਭਾਕਰ ਜੀ, ਲੁਧਿਆਣਾ ਸ਼ਹਿਰ ਦੇ ਵਿੱਚ ਕੇਜਰੀਵਾਲ ਤਾਂ ਆ ਗਏ ਨੇ, ਜਿੱਦਾਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਲਾ ਲਈਏ, ਯਾਤਰੀਆਂ ਲੇਡੀਜ਼ ਨੂੰ ਬੱਸਾਂ ਫਰੀ, ਸਫ਼ਰ ਬੱਸ ਫਰੀ ਦਾ ਸਫ਼ਰ ਕਰਤਾ ਜੀ, ਬਿਜਲੀ ਫਰੀ ਕਰਤੀ। ਪੰਜਾਬ ਦੇ ਵਿੱਚ ਵੀ ਕਹਿੰਦੇ ਨੇ, ਕੇਜਰੀਵਾਲ ਸਾਹਿਬ ਦੀ ਪਾਰਟੀ ਕਹਿੰਦੀ ਹੈ, ਕੇਜਰੀਵਾਲ ਵੀ ਕਹਿੰਦੇ ਨੇ ਪੰਜਾਬ ਦੇ ਵਿੱਚ ਵੀ ਸਭ ਕੁਝ ਚੀਜ਼ਾਂ ਫਰੀ ਕਰਾਂਗੇ, ਲੇਕਿਨ ਪੰਜਾਬ 'ਚ ਫਰੀ ਕਰਨਾ ਗੱਲ ਸਹੀ ਹੈ ਕਿ ਡਿਵੈਲਪਮੈਂਟ ਕਰਨਾ ਸਹੀ ਹੈ ਕੇਜਰੀਵਾਲ ਨੂੰ ਸਭ ਚਾਹੀਦਾ? ਦੇਖੋ ਜੀ, ਬੇਸਿਕ ਗੱਲ ਜਿਹੜੀ ਹੈਗੀ ਹੈ, ਇਹਨਾਂ ਦਾ ਜਿਹੜਾ ਪਰਪਸ ਸੀ, ਜੋ ਮੈਂ ਦੇਖੋ, ਮੈਂ ਆਮ ਨੋਟ ਏ ਪੋਲੀਟੀਸ਼ੀਅਨ, ਆਈ ਹੈਵ ਆਲਰੇਡੀ ਟੋਲਡ ਯੂ, ਜੋ ਮੈਂ ਓਬਜ਼ਰਵ ਕਰ ਰਿਹਾ, ਇਹ ਇਹਨਾਂ ਨੇ ਜਿਹੜਾ ਗਰੀਬ ਤਬਕਾ ਹੈਗਾ ਉਹਨਾਂ ਨੂੰ ਥੋੜ੍ਹਾ ਜਿਹਾ ਹੈਲਪ ਕੀਤੀ ਹੈ, ਥੋੜ੍ਹੀ ਸਪੋਰਟ ਕੀਤੀ ਹੈ ਵੀ, ਤਾਂ ਕਿ ਉਹ ਵੀ ਆਪਣੀ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਚੀਜ਼ਾਂ ਉਹਨਾਂ ਨੂੰ ਮਿਲ ਸਕਣ। ਫਰੀ ਕਰਨ ਦਾ ਇਹ ਮਤਲਬ ਨਹੀਂ ਅਸੀਂ ਫਰੀ ਕਰਕੇ, ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਪੋਲਿਸੀ ਹੈ, ਆਈ ਡੋਂਟ ਨੋ ਦੀ ਸਟ੍ਰੈਟਜੀ, ਪਤਾ ਨਹੀਂ ਕੱਲ੍ਹ ਪੰਜਾਬ 'ਚ ਆਉਂਦੇ ਵੀ ਕਿ ਨਹੀਂ ਆਉਂਦੇ। ਇਟ ਇਜ਼ ਨੋਟ, ਇਟ ਇਜ਼ ਜਸਟ ਏ ਸਪੈਕੂਲੇਸ਼ਨ ਆਫ ਦੀ ਪਾਰਟੀ ਕਿ ਬਈ ਅਸੀਂ ਪੰਜਾਬ ਨੂੰ ਵੀ ਜਿੱਤਾਂਗੇ, ਮਗਰ ਅੱਜ ਜਿੱਦਾਂ ਹੁਣ ਕੱਲ੍ਹ ਪਤਾ ਲੱਗਾ ਕੈਪਟਨ ਸਾਹਿਬ ਨੇ 30-30 ਕਰੋੜ ਰੁਪਈਆ ਵੰਡ ਦਿੱਤਾ ਵੀ ਸਟੇਟਾਂ ਦੇ ਵਿੱਚ ਆਪਣੇ ਆਪਣੀ ਜਾਓ ਵੀ ਤੁਸੀਂ ਡਿਵੈਲਪਮੈਂਟ ਕਰੋ। ਸੋ ਪਬਲਿਕ ਕੀ ਮੰਗਦੀ ਹੈ? ਕੰਮ। ਪਬਲਿਕ ਮੰਗਦੀ ਹੈ ਇੱਕ ਸੋਲਿਡ ਗੌਰਮੈਂਟ, ਇੱਕ ਕੰਮ ਵੀ ਜਿਹੜੀ ਉਹ ਸਟੈਬਲਿਸ਼ ਹੋ ਕੇ ਪਬਲਿਕ ਨੂੰ ਅੱਗੇ ਲੈ ਕੇ ਜਾ ਸਕੇ ਜਾਂ ਦੇਸ਼ ਨੂੰ ਅੱਗੇ ਲੈ ਕੇ ਜਾ ਸਕੇ, ਠੀਕ ਹੈ? ਇਹਨਾਂ ਦਾ ਇਹ ਮੈਸੇਜ ਜਿਹੜਾ ਹੈਗਾ ਕਿ ਵੀ ਕੰਮ ਕਰੋ ਅਤੇ ਸੀਟ ਰੱਖੋ ਮਿਲੂਗੀ, ਉਹ ਮੈਸੇਜ ਜਿਹੜਾ ਉਹ ਮੈਂ ਤਾਂ ਉਹਨੂੰ ਐਲੈਬੋਰੇਟ ਕਰ ਰਿਹਾ, ਮੈਂ ਤਾਂ ਉਹਨੇ ਉਹੀ ਲੋਕਾਂ ਨੂੰ ਮੈਸੇਜ ਦੇ ਰਿਹਾ ਕਿ ਬਈ ਤੁਸੀਂ ਇਹਨਾਂ ਦੇ ਮੁਲਕ ਲਈ, ਆਪਣੇ ਸ਼ਹਿਰ ਲਈ, ਆਪਣੇ ਦੇਸ਼ ਲਈ, ਆਪਣੀ ਪਬਲਿਕ ਲਈ, ਆਪਣੀ ਜਨਤਾ ਲਈ ਕੰਮ ਕਰੋ, ਬਸ। ਭਾਵੇਂ ਉਹ ਕਾਂਗਰਸ ਦੇ ਬੰਦੇ ਹੈ,
ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਬੰਦੇ, ਭਾਵੇਂ ਉਹ ਅਕਾਲੀ ਦਲ ਦੇ ਬੰਦੇ ਹੈ, ਭਾਵੇਂ ਇਹਨਾਂ ਦੀ ਪਾਰਟੀ ਦੇ ਬੰਦੇ ਹੈ, ਕਿਉਂਕਿ ਕੰਮ ਦੇ ਬਗੈਰ ਹੁਣ ਗੁਜ਼ਾਰਾ ਹੀ ਨਹੀਂ ਹੈ। ਜੇ ਤੁਸੀਂ ਕੰਮ ਨਹੀਂ ਕਰੋਗੇ, ਜਨਤਾ ਨੇ ਤੁਹਾਡੇ ਹੱਥ 'ਤੇ ਥੁੱਕਣਾ ਵੀ ਨਹੀਂ ਹੈਗਾ, ਇਸ ਗੱਲ ਨੂੰ ਸਮਝ ਲਓ। 100 ਦੀ 1 ਇਹ ਬੁੜੇ ਦੀ ਗੱਲ ਜਿਹੜੀ ਹੈ, ਇਹ ਮੈਂ ਤੁਹਾਨੂੰ ਬੜੇ ਕਲੀਅਰ ਕੱਟ ਲਫ਼ਜ਼ਾਂ 'ਚ ਕਹਿ ਦਿੰਦਾ, ਕਿਉਂਕਿ ਹੁਣ ਲੋਕ ਦੁਖੀ ਹੋ ਗਏ ਹੈ ਤੁਹਾਡੇ ਝੂਠੇ ਵਾਅਦਿਆਂ ਤੋਂ, ਲੋਕ ਦੁਖੀ ਹੋ ਗਏ ਝੂਠੇ ਨਾਅਰਿਆਂ ਤੋਂ, ਇਹ ਲੱਛੇਦਾਰ ਸਪੀਚਾਂ ਤੋਂ ਦੁਖੀ ਹੋ ਗਏ ਹੈ ਲੋਕਾਂ ਨੂੰ, ਜਿਹਨਾਂ ਨੂੰ ਅੱਜ ਦੇਖੋ ਖੜੇ ਪੈ 130 ਰੁਪਏ 170 ਰੁਪਏ ਸਿਲੰਡਰ ਦਾ ਰੇਟ ਵੱਧ ਗਿਆ। ਸੋ ਆਲ ਦੀਜ਼ ਥਿੰਗਸ ਆਰ ਬ੍ਰਿੰਗਿੰਗ ਦੀ ਬੈਡ ਨੇਮ ਟੂ ਦੀ ਪਾਰਟੀ ਵਿਚ ਇਜ਼ ਰੂਲਿੰਗ। ਸੋ ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਕਰੋ, ਨਹੀਂ ਤੋਂ ਬਾਅਦ ਵੀ ਫਿਰ ਨਾ ਕਹੀਓ ਵੀ ਸਾਡਾ ਹੱਥ ਬੱਸ ਨਹੀਂ ਚੱਲਿਆ, ਜਨਤਾ ਨੇ ਸਾਨੂੰ ਦੁਤਕਾਰ। ਮੈਂ ਗੱਲ ਕਰਾਂ ਆਪਣੇ ਪੰਜਾਬ ਦੇ CM ਸਾਹਿਬ ਦਾ, ਮੈਨੂੰ ਕਿਤੇ ਦਿਖਿਆ ਨੀਗਾ ਕੋਈ ਵੀ ਸਟੈਚੂ ਬਣਿਆ, ਤੇ ਕਿੱਥੇ ਰੱਖਿਆ ਉਹ ਸਟੈਚੂ? ਦੂਜੇ ਮੇਰੇ ਮਿਊਜ਼ੀਅਮ ਜਿੱਦਣ CM ਸਾਹਿਬ ਜਿੱਤੇ ਸੀ ਨਾ, ਕੈਪਟਨ ਅਮਰਿੰਦਰ ਸਿੰਘ ਸਾਹਿਬ, ਤੇ ਉਦੋਂ ਅਕਾਲੀ ਦਲ ਦੇ 10 ਸਾਲ ਦੇ ਰਾਜ ਤੋਂ ਲੋਕਾਂ ਨੇ ਛੁਟਕਾਰਾ ਪਾਇਆ ਸੀ, ਉਹ ਬੜੇ ਉਹ ਵੀ ਬੜਾ ਧੂਮਧਾਮ ਨਾਲ ਮਨਾਇਆ ਗਿਆ ਸੀਗਾ ਕੈਪਟਨ ਸਾਹਿਬ ਦਾ ਸਟੈਚੂ। ਉਹ ਤਾਂ ਮੈਂ 15 ਸਾਲ ਪਹਿਲਾਂ ਬਣਾਇਆ ਸੀਗਾ, ਕਿਉਂ ਮੈਂ ਕੈਪਟਨ ਸਾਹਿਬ ਦਾ ਇਸ ਕਰਕੇ ਫੈਨ ਸੀ ਕਿ ਮੈਨੂੰ ਪਤਾ ਲੱਗਾ ਸੀ ਵੀ ਇਹਨਾਂ ਨੇ ਮਿਲਟਰੀ 'ਚ ਵੀ ਸੇਵਾ ਕੀਤੀ ਹੈ, ਅਤੇ ਮੈਂ ਮਿਲਟਰੀ ਪਰਸੋਨਲਸ ਨੂੰ ਹਮੇਸ਼ਾ ਜਦੋਂ ਮੇਰੇ ਕੋਲ ਕਦੀ ਵੈਕਸ ਮਿਊਜ਼ੀਅਮ ਵੀ ਦੇਖਣ ਆ ਜਾਣ, ਉਹ ਕਹਿ ਦੇਣ ਮੈਂ ਮਿਲਟਰੀ ਦਾ ਬੰਦਾ, ਮੈਂ ਪਹਿਲਾਂ ਸਲੂਟ ਮਾਰਦਾ ਹੁੰਦਾ, ਉਹਦੇ ਬਾਅਦ ਮੈਂ ਕਹਿੰਦਾ ਤੁਹਾਡੀ ਟਿਕਟ ਨਹੀਂ ਲੱਗਣੀ, ਯੂ ਆਰ ਵੈਲਕਮ, ਆਪਾਂ ਦੇਖੋ ਤੁਸੀਂ ਮਿਊਜ਼ੀਅਮ ਮੇਰਾ। ਸੋ ਮੈਂ ਇਸ ਬਣਾ ਦੇ ਉੱਤੇ ਨੋਟ ਟੇਕਿੰਗ ਦ ਹਿਮ ਐਜ਼ ਏ ਕਾਂਗਰਸ ਕੈਂਡੀਡੇਟ ਔਰ ਐਜ਼ ਐਨ PM ਆਫ CM ਆਫ ਪੰਜਾਬ, ਮੈਂ ਉਹਨੂੰ ਐਜ਼ ਮਿਲਟਰੀ ਪਰਸੋਨਲ ਉਹਨਾਂ ਦਾ ਸਟੈਚੂ ਬਣਾਇਆ ਸੀ। ਅਤੇ ਸੰਦੇਸ਼ ਕੀ ਦੇਣਗੇ ਸਰ ਆਵਾਮ ਨੂੰ, ਪੰਜਾਬ ਦੀ ਆਵਾਮ ਨੂੰ ਜਿਹੜਾ ਸੰਦੇਸ਼ ਹੈਗਾ, ਕੁਛ ਸੰਦੇਸ਼ ਕੀ ਦੇਣਾ ਚਾਹੁੰਦੇ ਹੋ? ਜਿਹੜਾ ਸਟੈਚੂ ਤਾਂ ਬਣਾ ਦਿੱਤਾ ਗਿਆ ਕੇਜਰੀਵਾਲ ਸਾਹਿਬ ਦਾ, ਪ੍ਰਭਾਕਰ ਜੀ ਤੁਹਾਡੇ ਵੱਲੋਂ, ਲੇਕਿਨ ਸੰਦੇਸ਼ ਕੀ ਹੋਊਗਾ ਕਿ ਸੰਦੇਸ਼ ਕੀ ਮਿਲਣਾ ਚਾਹੀਦਾ ਇਸ ਸਟੈਚੂ ਤੋਂ ਲੋਕਾਂ ਨੂੰ ਲੈਣਾ ਚਾਹੀਦਾ? ਮੈਂ ਬੇਟਾ ਪਹਿਲਾਂ ਹੀ ਤੁਹਾਨੂੰ ਇਹੀ ਗੱਲ ਹੀ ਦੱਸੀ ਵੀ ਮੇਰਾ ਤਾਂ ਮੈਸੇਜ ਇਹ ਹੈ, ਪਬਲਿਕ ਨੂੰ ਇਹੀ ਮੈਸੇਜ ਹੈ, ਪਬਲਿਕ ਨੂੰ ਵੀ ਔਰ ਆਪਣੇ ਨੇਤਾਵਾਂ ਨੂੰ ਵੀ, ਪਬਲਿਕ ਨੂੰ ਇਹ ਮੈਸੇਜ ਭਾਈ ਜੇ ਤੁਹਾਡੀ ਕੋਈ ਸੇਵਾ ਕਰਦਾ ਸੱਚੇ ਦਿਲ ਨਾਲ, ਔਰ ਜੇ ਤੁਹਾਨੂੰ ਕੋਈ ਸੁਣਦਾ ਤੁਹਾਡੀਆਂ ਪ੍ਰੋਬਲਮ ਸੋਲਵ ਕਰਦਾ, ਉਹਨੂੰ ਤੁਸੀਂ ਵੋਟਾਂ ਦਿਓ। ਜਿਹੜਾ ਤੁਹਾਨੂੰ ਗੱਲਾਂ ਮਾਰ ਕੇ ਚਲਾ ਜਾਂਦਾ, ਬੋਤਲਾਂ ਸ਼ਰਾਬ ਦੀਆਂ ਵੰਡ ਜਾਂਦਾ, ਜਾਂ 500-1000 ਰੁਪਈਆ ਦੇ ਜਾਂਦਾ, ਆਟੇ ਦੀਆਂ ਥੈਲੀਆਂ ਦੇ ਜਾਂਦਾ, ਗੁੜ ਛੋਲੇ ਪਾ ਫਾਰ ਦੀ ਟਾਈਮਿੰਗ ਦੇ ਜਾਂਦਾ, ਉਹ ਤੁਹਾਡੇ ਲਈ ਫਾਇਦੇਮੰਦ ਨਹੀਂ, ਉਹ ਨੁਕਸਾਨਦੇਹ ਹੈ। ਇਸ ਕਰਕੇ ਉਸ ਬੰਦੇ ਦੇ ਮਗਰ ਲੱਗੋ ਜਿਹੜਾ ਤੁਹਾਨੂੰ ਸਪੋਰਟ ਕਰੇ, ਔਰ ਐਸੇ ਬੰਦੇ ਦੇ ਨਾਲ ਤੁਰੋ ਜਿਹੜਾ ਬੰਦਾ ਰੀਅਲੀ ਕੰਮ ਕਰਦਾ। ਤੁਸੀਂ ਦੇਖ ਸਕਦੇ ਤਸਵੀਰਾਂ ਅਰਵਿੰਦ ਕੇਜਰੀਵਾਲ ਦੀਆਂ, ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਵੈਕਸ ਮਿਊਜ਼ੀਅਮ ਹੈ ਲੁਧਿਆਣਾ ਸ਼ਹਿਰ ਦੇ ਵਿੱਚ, ਪ੍ਰਭਾਕਰ ਜੀ ਵੱਲੋਂ ਕ੍ਰੀਏਟ ਕੀਤਾ ਗਿਆ। ਮੈਂ ਸਹਿਯੋਗੀ ਨੂੰ ਕਹੂੰਗਾ ਕਿ ਚੰਗੀ ਤਰ੍ਹਾਂ ਦਿਖਾਉਣਗੇ, ਅੱਗੇ ਆ ਕੇ ਨੇੜੇ ਆ ਕੇ ਦਿਖਾਇਆ ਜਾਊਗਾ ਤੁਹਾਨੂੰ ਜਿਹੜਾ ਅਰਵਿੰਦ ਕੇਜਰੀਵਾਲ ਦਾ ਸਟੈਚੂ ਜਿਹੜਾ ਬਣਾਇਆ ਗਿਆ, ਸੇਮ ਅਰਵਿੰਦ ਕੇਜਰੀਵਾਲ ਹੀ ਜਿੱਦਾਂ ਲੱਗਦਾ ਇੱਕ ਤਰ੍ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ। ਲੇਕਿਨ ਕਿਤੇ ਨਾ ਕਿਤੇ ਪ੍ਰਭਾਕਰ ਜੀ ਦਾ ਕਹਿਣਾ ਆ ਵੀ ਸੀਗਾ ਕਿ ਲੋਕ ਜਿਹੜੇ ਵੋਟ ਹੈਗੇ ਆ ਦਾਰੂ ਜਾਂ ਚੰਦ ਪੈਸੇ ਦੀ ਖਾਤਰ ਵੋਟ ਨਾ ਕਰਨ, ਵੋਟ ਉਹ ਉਸ ਪਾਰਟੀ ਨੂੰ ਦੇਣ ਜਿਹੜੀ ਪਾਰਟੀ ਵਿਕਾਸ ਕਰੇ ਅਤੇ ਵਿਕਾਸ ਦੇ ਵਾਅਦੇ ਪੂਰੇ ਕਰੇ, ਉਸ ਪਾਰਟੀ ਨੂੰ ਵੋਟ ਦੇਣੀ ਚਾਹੀਦੀ ਤਾਂ ਕਿ ਆਉਣ ਵਾਲਾ ਜਿਹੜਾ ਭਵਿੱਖ ਹੈਗਾ ਉਹ ਵਧੀਆ ਭਵਿੱਖ ਨਿਕਲ ਸਕੇ। ਲੁਧਿਆਣਾ ਤੋਂ ਵਿਸ਼ਾਲ ਕਪੂਰ, ਸਪੋਕਸਮੈਨ TV।